ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਉਮੀਦਵਾਰ ਲੋਕਾਂ ਦੇ ਵਿੱਚ ਜਾ ਰਹੇ ਨੇ। ਇਸੇ ਕੜੀ ਦੇ ਵਿੱਚ ਜੇਕਰ ਗੱਲ ਕਰੀਏ ਪਟਿਆਲਾ ਦੀ ਤਾਂ ਸ਼ਾਹੀ ਪਰਿਵਾਰ ਤੋਂ ਭਾਜਪਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ 4 ਵਾਰ ਸੰਸਦ ਰਹਿ ਚੁੱਕੇ ਨੇ ਅਤੇ 5ਵੀਂ ਵਾਰ ਭਾਜਪਾ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਨੇ। ਇਸ ਕੜੀ ਦੇ ਵਿੱਚ ਉਹਨਾਂ ਦੇ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ। ਅੱਜ ਕਈ ਦੂਸਰੀ ਪਾਰਟੀਆਂ ਤੋਂ ਵਰਕਰ ਨੂੰ ਉਹਨਾਂ ਨੇ ਭਾਜਪਾ ਦੇ ਵਿੱਚ ਸ਼ਾਮਿਲ ਕੀਤਾ। ਉੱਥੇ ਪ੍ਰਚਾਰ ਦੌਰਾਨ ਆਪਣੇ ਭਰਾ ਨੂੰ ਯਾਦ ਕਰਕੇ ਉਹ ਭਾਵੁਕ ਹੁੰਦੇ ਵੀ ਨਜ਼ਰ ਆਏ। ਬਹੁਤ ਖੁਸ਼ੀ ਹੋ ਰਹੀ ਹੈ, ਬਹੁਤ ਬੜੀਆ ਰਿਸਪੋਂਸ ਮਿਲ ਰਿਹਾ ਹੈ ਔਰ ਸ਼ਹਿਰੋਂ ਮੇਂ ਬਹੁਤ ਬੜੀਆ ਔਰ ਗਾਓਂ ਮੇਂ ਵੀ ਠੀਕ ਹੈ। ਵਹਾਂ ਹਮ ਔਰ ਕਿਸਮ ਕੀ ਕਰ ਰਹੇ ਹੈ ਕੋਂਟੈਕਟ, ਡੋਰ ਟੂ ਡੋਰ ਕੋਂਟੈਕਟ ਕਰ ਰਹੇ ਹੈ, ਪਰ ਮੁਝੇ ਪੂਰਾ ਭਰੋਸਾ ਹੈ, ਪੂਰੀ ਉਮੀਦ ਹੈ ਕਿ ਬੜੀਆ ਬੜੀਆ ਵੋਟਾਂ ਨਿਕਲੇਗੀ। ਪਰਿਵਾਰ ਵੀ ਜਿਹੜਾ ਹੈਗਾ ਚੋਣ ਅਖਾੜੇ ਦੇ ਵਿੱਚ ਤੁਰ ਪਿਆ ਹੈਗਾ, ਜਿਸ ਤਰ੍ਹਾਂ ਮੇਰਾ ਬਹੁਤ ਘਾਟਾ ਲੱਗ ਰਿਹਾ, ਮੇਰਾ ਪਰਿਵਾਰ ਟੱਚਵੁੱਡ ਬਹੁਤ ਜ਼ਿਆਦਾ ਸਾਥ ਦਿੰਦਾ ਹੈ, ਪਰ ਬਹੁਤ ਹਾਦਸੇ ਹੋ ਗਏ ਸਾਡੇ ਪਰਿਵਾਰ 'ਚ। ਭਾਈ ਸਾਹਿਬ ਮੇਰੇ ਗੁਜ਼ਰ ਗਏ, ਜਿਹੜੇ ਮੇਰੇ ਥੰਮ ਸੀ, ਮੇਰੇ ਦੂਜੇ ਮਾਸੀ ਜੀ ਦੇ ਬੇਟੇ, ਮਾਮਾ ਜੀ ਦੇ ਬੇਟੇ, ਉਹ ਇੱਥੇ ਆਏ ਸੀ ਆਪਣੀ ਵਾਈਫ ਦੇ ਨਾਲ, ਜਿਹੜਾ ਸਾਰਾ ਸਾਂਭ ਰਹੇ ਸੀ, ਉਹਨਾਂ ਦਾ ਬਹੁਤ ਹੀ ਭਿਆਨਕ ਹੋ ਗਿਆ ਅਤੇ 18 ਤਰੀਕ ਨੂੰ ਓਪਰੇਸ਼ਨ ਹੈ, ਉਹ ਵੀ ਨਿਕਲ ਚਲੇ ਗਏ। ਮਹਾਰਾਜ ਸਾਹਿਬ ਦਾ ਥੋੜ੍ਹਾ ਜਿਹਾ ਪ੍ਰੋਬਲਮ ਆ ਗਿਆ ਸੀ 5-6 ਦਿਨਾਂ ਤੋਂ, ਉਹ ਸ਼ੁਕਰ ਹੈ ਸਾਰਾ ਕੁਝ ਠੀਕ ਹੋ ਗਿਆ। ਦਿੱਲੀ ਦੇ ਹੋਸਪਿਟਲ 'ਚ ਰਣਿੰਦਰ ਨੂੰ ਇੱਕ ਦਿਨ ਲਈ ਆਇਆ ਸੀ, ਉਹ ਪਹਿਲੇ ਉਹਨਾਂ ਦੇ ਨਾਲ ਸੀ, ਹੁਣ ਉਹਨਾਂ ਨੂੰ ਲੈ ਕੇ ਆਊਗਾ। ਅਤੇ ਇਸ ਕਾਰਨ ਮੇਰੇ ਦੋਤੇ ਵੀ ਕੱਲ੍ਹ, ਰਾਜਮਾਤਾ ਸਾਹਿਬ ਗਵਾਲੀਅਰ ਦਾ ਦਿਹਾਂਤ ਹੋ ਗਿਆ, ਕਈ ਦਿਨਾਂ ਤੋਂ ਬਿਮਾਰ ਆ, ਇੱਕ ਦਿਨ ਲਈ ਆਉਣਾ ਵਾਪਸ ਜਾਣਾ, ਅੱਜ ਬੋਡੀ ਨੂੰ ਲੈ ਕੇ ਜਾ ਰਹੇ ਨੇ ਕ੍ਰਿਮੇਸ਼ਨ ਦੇ ਲਈ ਗਵਾਲੀਅਰ, ਉਹ ਉਹਨਾਂ ਦੇ ਵਾਈਫ ਦੀ ਨਾਨੀ ਜੀ ਸੀ। ਸੋ ਇਸ ਕਿਸਮ ਦੇ ਜਿਹੜੇ ਸੀ ਨਾ, ਪਰਿਵਾਰ ਨੂੰ ਥੋੜ੍ਹਾ ਜਿਹਾ ਔਖਾ ਹੋ ਗਿਆ, ਪਰ ਚਲੋ ਮੇਰਾ ਜਿਹੜਾ ਪਰਿਵਾਰ ਹੈ ਨਾ, ਉਹ ਲੋਕ ਨੇ ਔਰ ਜਿੰਨਾ ਮੈਨੂੰ ਆਪ ਅੱਗੇ ਆ ਕੇ ਹਰੇਕ ਥਾਂ ਤੋਂ, ਹਰੇਕ ਏਰੀਆ ਤੋਂ ਆਪੇ ਆ ਕੇ ਸਾਂਭ ਰਹੇ ਨੇ, ਕਿਉਂਕਿ MLA ਤਾਂ ਕੋਈ ਹੈ ਹੀ ਨਹੀਂ BJP ਦਾ ਕਿਤੇ। ਸਿਸਟਮ ਵੀ ਹੁਣ ਅਸੀਂ ਕਰ ਲਿਆ, ਹੁਣ ਹੋ ਰਿਹਾ, ਤਾਂ ਮੈਂ ਸੋਚਦੀ ਹਾਂ ਕਿ ਬਹੁਤ ਅਨੋਖੀ ਕਿਸਮ ਦੀ ਇਹ ਇਲੈਕਸ਼ਨ ਹੈ, ਪਰ ਮੈਨੂੰ ਇੰਨਾ ਹੌਸਲਾ ਮਿਲਿਆ ਲੋਕਾਂ ਤੋਂ ਕਿ ਮੈਨੂੰ ਪਤਾ ਕਿ ਮੇਰਾ ਅੱਛਾ ਰਿਜ਼ਲਟ ਨਿਕਲੂਗਾ। ਦੇਖੋ, ਉਹ ਤਾਂ ਆਪ ਅਸੈਸ ਕਰ ਸਕੇਂਗੇ, ਉਨਕੀ ਪਾਰਟੀ ਕੋ ਤੋ ਜ਼ਰੂਰ ਫਾਇਦਾ ਹੋਗਾ, ਪਰ ਲੋਕ ਕਿਤਨਾ ਡਾਲੇਂਗੇ ਵੋ 5 ਤਰੀਕ ਕੋ ਪਤਾ ਚਲੇਗਾ। ਹਾਂਜੀ, ਨੱਡਾ ਸਾਹਿਬ ਦੇ ਆਉਣ ਦਾ ਪ੍ਰੋਗਰਾਮ ਸੀਗਾ, ਥੋੜ੍ਹਾ ਜਿਹਾ ਸਾਨੂੰ ਲੋਜਿਸਟਿਕਲੀ, ਕਿਉਂਕਿ ਟਾਈਮ ਉਹਨਾਂ ਦਾ ਸਾਡੇ ਬਣ ਰਿਹਾ ਸੀ 1-3, ਪਰ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਉਹਨਾਂ ਦਾ ਫਿੱਟ ਹੋ ਸਕਦਾ। ਅੱਜ ਸ਼ਾਮ ਤੱਕ ਨੱਡਾ ਸਾਹਿਬ ਵੀ ਕਾਲ ਲੈਣਗੇ ਔਰ ਫਿਰ ਸਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਹੈ, ਪਰ ਜ਼ਰੂਰ ਉਹਨਾਂ ਨੇ ਕਰਤਾ ਹੈ ਕਿ ਇੱਕ ਦੋ ਬਹੁਤ ਸੀਨੀਅਰ ਟੌਪ ਲੀਡਰਸ਼ਿਪ ਆਏਗੀ, ਉਹ ਅਸੀਂ ਦੱਸ ਦਾਂਗੇ ਤੁਹਾਨੂੰ।